ਦੁਸ਼ਟ ਦੀ ਸੰਗਤ, ਦੁਸ਼ਟ ਦਾ ਪਿਆਰ ਇੰਜ ਹੈ ਜਿਵੇਂ ਠੰਡੇ ਕੋਲਿਆਂ ਨੂੰ ਤੂੰ ਝੋਲੀ ਦੇ ਚ ਪਾ ਲਿਆ, ਤੇ ਦੁਸ਼ਟ ਦੀ ਦੁਸ਼ਮਣੀ ਇੰਜ ਹੈ ਜਿਵੇਂ ਬਲਦੇ ਹੋਏ ਕੋਲਿਆਂ ਵਿੱਚ ਤੂੰ ਹੱਥ ਪਾ ਛੱਡਿਆ। ਕੁਸੰਗੀ ਦਾ ਪਿਆਰ ਇੰਜ ਹੈ ਜਿਵੇਂ ਤੈਨੂੰ ਕੁੱਤਾ ਚੱਟਣ ਲੱਗ ਪਿਆ, ਔਰ ਦੁਸ਼ਟ ਨਾਲ ਦੁਸ਼ਮਣੀ ਜਿਵੇਂ ਕੁੱਤੇ ਨੇ ਕੱਟ ਖਾਧਾ, ਉਹ ਦੋਵਾਂ ਹਾਲਤਾਂ ਚੋਟ ਪਹੁੰਚਾਏਗਾ। ਦੁਸ਼ਟ ਨਾਲ ਪਿਆਰ ਇਸ ਤਰ੍ਹਾਂ ਹੈ ਜਿਵੇਂ ਘੜਾ ਪੱਥਰ ਤੇ ਡਿੱਗ ਪਿਆ, ਉਹਦੇ ਨਾਲ ਦੁਸ਼ਮਣੀ ਇੰਜ ਹੈ ਜਿਵੇਂ ਪੱਥਰ ਘੜੇ ਤੇ ਡਿੱਗ ਪਿਆ। ਇਹਦੀ ਦੁਸ਼ਮਣੀ ਵੀ ਚੋਟ ਕਰੇਗੀ, ਇਹਦੀ ਦੋਸਤੀ ਵੀ ਚੋਟ ਕਰੇਗੀ। ਇਹਦੀ ਦੋਸਤੀ ਤੈਨੂੰ ਮਹਿਲਾ ਕਰੇਗੀ, ਇਹਦੀ ਦੁਸ਼ਮਣੀ ਤੈਨੂੰ ਨੁਕਸਾਨ ਪਹੁੰਚਾਏਗੀ, ਚੋਟ ਪਹੁੰਚਾਏਗੀ। ਇਸ ਵਾਸਤੇ ਪ੍ਰੀਤ ਨਾ ਪਾ, ਔਰ ਉਹਦੀ ਪ੍ਰੀਤ ਦੁਸ਼ਮਣੀ 'ਚ ਬਦਲੇਗੀ। ਦੁਸ਼ ਦਾ ਪਿਆਰ ਸਦੀ ਵੀ ਨਹੀਂ ਆਉਂਦਾ, ਦੁਸ਼ ਦਾ ਪਿਆਰ ਕਾਇਮ ਦਾਇਮ ਨਹੀਂ ਆਉਂਦਾ। ਇੱਕ ਦਿਨ ਉਸੇ ਦਾ ਪਿਆਰ ਦੁਸ਼ਮਣੀ 'ਚ ਬਦਲ ਜਾਂਦਾ, ਦੁਨੀਆਂ 'ਚ ਇਸ ਤਰ੍ਹਾਂ ਹੀ ਆਉਂਦਾ। ਉਹਦੀ ਦੋਸਤੀ ਕਰਕੇ ਵੀ ਔਖਾ ਹੋਵੇਗਾ, ਉਹਦੀ ਦੁਸ਼ਮਣੀ ਕਰਕੇ ਵੀ ਔਖਾ ਹੋਵੇਗਾ। ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ ਕੁਸੰਗਤ ਤੋਂ ਰੋਕਦੇ ਰਹੇ ਨੇ, ਪਰ ਮਨੁੱਖ ਕੁਸੰਗਤ ਤੋਂ ਬਾਜ਼ ਨਹੀਂ ਆਉਂਦਾ। ਬੜੀਆਂ ਬੜੀਆਂ ਦਲੀਲਾਂ ਦਿੰਦੇ ਨੇ, ਅਸੀਂ ਆਪ ਕੁਸੰਗੀ ਥੋੜ੍ਹੇ ਹੋ ਜਾਣਾ, ਕੀ ਗੱਲ ਹੋਇਆ ਭੈੜੇ ਕੋਲ ਬੈਠ ਗਏ। ਭੈੜੇ ਕੋਲ ਬੈਠਣਾ ਤੂੰ, ਤੂੰ ਭੈੜਾ ਨਾ ਵੀ ਹੋਣਾ ਚਾਹੇ ਹੋ ਜਾਏਗਾ। ਮੈਂ ਫਿਰ ਦਲੀਲ ਦੇਵਾਂ, ਅੱਗ ਕੋਲ ਤੂੰ ਬੈਠਾ, ਸੇਕ ਨਹੀਂ ਵੀ ਲੈਣਾ ਚਾਹੁੰਦਾ ਮਿਲੇਗਾ। ਗੰਦਗੀ ਦੇ ਢੇਰ ਕੋਲ ਤੂੰ ਬੈਠਾ, ਦੁਰਗੰਧ ਨਹੀਂ ਵੀ ਲੈਣਾ ਚਾਹੁੰਦਾ ਮਿਲੇਗੀ, ਲਾਜ਼ਮੀ ਮਿਲੇਗੀ। ਕੁਛ ਐਸੀ ਮਹਿਲ ਹੈ ਜੋ ਸਾਡੇ ਹਿਰਦੇ ਤੇ ਪੈਂਦੀ, ਉਹ ਵਹਿ ਮਹਿਲ ਹੈ ਵਿਚਾਰਾਂ ਦੀ, ਜਿਹਨੂੰ ਹਰ ਜਗ੍ਹਾ ਦੀ ਵਾਈਬ੍ਰੇਸ਼ਨ ਕਹਿੰਦੇ ਨੇ, ਆਭਾ ਕਹਿੰਦੇ ਨੇ। ਇਹ ਬਣਦਾ ਹੈ ਮਨੁੱਖ ਦੇ ਵਿਚਾਰਾਂ ਨਾਲ, ਮਨੁੱਖ ਦੇ ਸੋਚਣੀ ਨਾਲ, ਮਨੁੱਖ ਦੇ ਚਿੰਤਨ ਨਾਲ। ਸਾਰੀ ਦੁਨੀਆਂ ਦੇ ਵਿੱਚ ਬੁਰਾ ਸੋਚਣਾ ਇਤਨਾ ਜ਼ਿਆਦਾ ਹੋ ਗਿਆ, ਸਾਰੀ ਦੁਨੀਆਂ ਦੇ ਵਿੱਚ ਬੁਰਾ ਚਿੰਤਨ ਇਤਨਾ ਜ਼ਿਆਦਾ ਹੋ ਗਿਆ, ਸਾਰੀ ਦੁਨੀਆਂ ਦੇ ਵਿੱਚ ਬੁਰੇ ਵਿਚਾਰ ਇਤਨੇ ਜ਼ਿਆਦਾ ਹੋ ਗਏ ਨੇ, ਸਾਰੀ ਦੁਨੀਆਂ ਦੇ ਵਿੱਚ ਵਿਚਾਰਾਂ ਦੇ ਵਿੱਚ ਮਹਿਲ ਹੀ ਮਹਿਲ ਹੈ। ਸਿੱਧੀ ਮਨੁੱਖ ਦੇ ਮਨ ਤੇ ਪੈਂਦੀ, ਸਿੱਧੀ ਮਨੁੱਖ ਦੇ ਮਨ ਤੇ। ਬੜੇ ਬੜੇ ਸਿਆਣੇ ਮਨੁੱਖਾਂ ਦਾ ਅਨੁਭਵ ਹੈ, ਇਹ ਗੁਨਾਹ ਸੀ ਕਰਨਾ ਤੇ ਨਹੀਂ ਚਾਹੁੰਦੇ ਸੀ, ਪਤਾ ਨਹੀਂ ਕਿਉਂ ਹੋ ਗਿਆ। ਸੇਕ ਕੋਲ, ਅੱਗ ਕੋਲ ਬੈਠਾ ਹੋਵੇਗਾ ਤਾਂ ਹੀ ਸੇਕ ਲੱਗ ਗਿਆ ਤੈਨੂੰ। ਜਾਂ ਇਹ ਜਿਹੜੀ ਹਵਾ ਮੈਲੀ ਹੈ, ਇਹਦੇ ਚ ਜਿਹੜੇ ਵਿਚਾਰ, ਇੱਕ ਤੇ ਉਹ ਆਲੋਦਗੀ, ਉਹ ਮੈਲ ਜੋ ਤੇਰੇ ਕੱਪੜੇ ਮੈਲੇ ਕਰਦੀ ਹੈ, ਤੇਰੇ ਤਨ ਨੂੰ ਮੈਲਾ ਕਰਦੀ ਹੈ, ਵਿਚਾਰਾਂ ਦੀ ਮਹਿਲ ਤੇਰੇ ਮਨ ਨੂੰ ਮੈਲਾ ਕਰਦੀ, ਉਹ ਵੀ ਬ੍ਰਹਿਮੰਡ ਦੇ ਵਿੱਚ ਮੌਜੂਦ ਨੇ। ਇਹ ਦੋ ਤਰ੍ਹਾਂ ਦੀ ਮਹਿਲ ਸਾਰੇ ਸੰਸਾਰ ਦੇ ਵਿੱਚ ਮੌਜੂਦ ਹੈ। ਤਨ ਮੈਲਾ ਹੋ ਜਾਂਦਾ ਹੈ, ਇਸ਼ਨਾਨ ਕਰਦੇ ਹਾਂ ਪਾਣੀ ਨਾਲ, ਫਿਰ ਸਾਬਣ। ਮਨ ਮੈਲਾ ਹੋ ਗਿਆ, ਇਹ ਸਤਸੰਗਤ ਹੈ, ਇੱਥੇ ਆ ਕੇ ਧੋਣਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਬਰੀ ਜੇ ਜੀ। ਇੱਕ ਦਿਨ ਵੀ ਜਿਹੜਾ ਨਹੀਂ ਆਇਆ, ਕੁਛ ਨਾ ਕੁਛ ਤੇ ਮਨ ਮੈਲਾ ਹੋ ਗਿਆ। ਔਰ ਕਈ ਕਈ ਦਿਨ ਜਿਹੜਾ ਨਹੀਂ ਆਇਆ, ਉਹ ਤੇ ਬਹੁਤ ਮੈਲਾ ਹੋ ਜਾਏਗਾ। ਇਹ ਵੀ ਮੈਂ ਅਰਜ਼ ਕਰਾਂ, ਕੱਪੜਾ ਇੱਕ ਦਿਨ ਦਾ ਮੈਲਾ ਹੋਵੇ,
ਧੋਣਾ ਆਸਾਨ ਹੈ। 5-7 ਦਿਨ ਦਾ ਮੈਲਾ ਹੋਵੇ, ਜ਼ਰਾ ਇੱਕ 2 ਦਫ਼ਾ ਸਾਬਣ ਲਾਉਣਾ ਪਏਗਾ, 2 ਦਫ਼ਾ ਧੋਣਾ ਪਏਗਾ। ਕੱਪੜਾ 15-20 ਦਿਨ ਦਾ ਮੈਲਾ ਹੋਵੇ, ਮਿਹਨਤ ਜ਼ਿਆਦਾ ਮੰਗੇਗਾ, ਬਾਰ ਬਾਰ ਮਸ਼ੀਨ ਦੇ 'ਚ ਪਾਉਣਾ ਪਏਗਾ ਜਾਂ ਬਾਰ ਬਾਰ ਧੋਣਾ ਪਏਗਾ, ਇੱਕ ਦਫ਼ਾ ਨਾਲ ਗੱਲ ਨਹੀਂ ਬਣੇਗੀ। ਅਤੇ ਕੱਪੜਾ ਕਿਧਰੇ 1.5-2 ਮਹੀਨੇ ਦਾ ਮੈਲਾ ਹੋਵੇ, ਫਿਰ ਮੈਲ ਦਿਖਾਈ ਦਿੰਦੀ ਹੈ, ਕੱਪੜਾ ਨਹੀਂ ਦਿਖਾਈ ਦਿੰਦਾ। ਮੈਲ ਦੀ ਪਰਤ ਦੇ ਉੱਤੇ ਪਰਤ, ਪਰਤ ਦੇ ਉੱਤੇ ਪਰਤ, ਪਰਤ ਦੇ ਉੱਤੇ ਪਰਤ ਇਤਨੀ ਜੰਮ ਜਾਂਦੀ ਹੈ, ਕੱਪੜਾ ਤਾਂ ਦਿਖਾਈ ਨਹੀਂ ਦਿੰਦਾ, ਮੈਲ ਦਿਖਾਈ ਦਿੰਦੀ ਹੈ। ਇਹ ਜਿਹੜਾ ਸਾਡਾ ਮਨ ਹੈ, ਇਹ ਇੱਕ ਦਿਨ ਦਾ ਮੈਲ ਹੈ? ਕਤਈ ਨਹੀਂ। ਇਹ ਇੱਕ ਮਹੀਨੇ ਦਾ ਮੈਲ ਹੈ? ਨਹੀਂ। ਇਹ ਇੱਕ ਸਾਲ ਦਾ ਮੈਲ ਹੈ? ਕਤਈ ਨਹੀਂ। ਗੁਰਬਾਣੀ ਕਹਿੰਦੀ, ਇਸ ਮਨ ਕੋ ਜਨਮ ਜਨਮ ਕੀ ਮਲ ਲਾ ਗਈ, ਕਾਲਾ ਹੋਆ ਸਿਆ। ਇਹ ਤੇ ਕਈ ਜਨਮਾਂ ਦਾ ਮੈਲ ਹੈ। ਤੋ ਮਨੁੱਖ ਦੇ ਦਰਸ਼ਨ ਕਰੀਏ, ਮਨੁੱਖ ਦੇ ਦਰਸ਼ਨ ਹੀ ਨਹੀਂ ਆਉਂਦੇ, ਕ੍ਰੋਧ ਦੇ ਦਰਸ਼ਨ ਆਉਂਦੇ ਹਨ। ਮਨੁੱਖ ਦੇ ਦਰਸ਼ਨ ਕਰੀਏ, ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ, ਹੰਕਾਰ ਦੇ ਦਰਸ਼ਨ ਆਉਂਦੇ, ਡੁੱਲ ਡੁੱਲ ਕੇ ਪੈਂਦਾ ਹੰਕਾਰ। ਮਨੁੱਖ ਦੇ ਦਰਸ਼ਨ ਕਰੀਏ, ਮਨੁੱਖ ਦੇ ਕੋਲ ਬੈਠੀਏ, ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ, ਲੋਭ ਦੇ ਦਰਸ਼ਨ ਆਉਂਦੇ ਹਨ। ਕੱਲ ਇੱਕ ਬਹੁਤ ਸਿਆਣਾ ਮਨੁੱਖ ਮੈਨੂੰ ਕਹਿ ਰਿਹਾ ਸੀ, ਅਸੀਂ ਤੇ ਸਮਝਦੇ ਸੀ ਮਹਾਨ ਮਨੁੱਖ ਹੈ, ਪਰ ਉਹਨੇ ਤੇ ਵਿਅਰਥ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਕੀਤਾ। 3 ਦਿਨ ਉਹਦੀ ਸੰਗਤ ਕੀਤੀ, ਕਹਿਣ ਲੱਗਾ ਆਹੀ ਕੁਛ ਸੁਣਦੇ ਰਹੇ, ਗੱਲਾਂ ਸਾਰੀਆਂ ਲੋਭ ਦੀਆਂ, ਗੱਲਾਂ ਸਾਰੀਆਂ ਹੰਕਾਰ ਦੀਆਂ, ਗੱਲਾਂ ਸਾਰੀਆਂ ਵਾਸ਼ਨਾ ਦੀਆਂ। ਕਹਿੰਦੇ ਨੇ ਦਿਲ ਮੇਰਾ ਬੜਾ ਟੁੱਟਿਆ। ਮੈਂ ਕਿਹਾ ਤੈਨੂੰ ਇਹ ਪੰਗਤੀਆਂ ਚੇਤੇ ਨਹੀਂ ਆਇਆ? ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਬ ਬੱਕੜਾ, ਤਾਂ ਜਨਮ ਨਾ ਬੇੜੀ ਅੰਗ। ਹੰਸ ਦੇ ਰੂਪ ਵਿੱਚ ਪਤਾ ਨਹੀਂ ਕਿਤਨੇ ਬਗਲੇ ਘੁੰਮ ਰਹੇ ਨੇ, ਕਿਤਨੇ ਘੁੰਮ ਰਹੇ ਨੇ। ਇਹ ਚਿੱਟੇ ਪੰਖ, ਇਹ ਸਾਫ਼ ਸੁਥਰੇ ਪੰਖ ਕਈ ਦਫ਼ਾ ਹੰਸ ਹੋਣ ਦਾ ਧੋਖਾ ਪੈਦਾ ਕਰ ਦਿੰਦੇ ਨੇ, ਹੰਸ ਨਹੀਂ ਨੇ। ਮੈਂ ਜਾਣਿਆ ਬਾਬਾ ਫਰੀਦ ਜੈਸਾ ਅਗਰ ਧੋਖਾ ਖਾ ਸਕਦਾ ਤਾਂ ਆਮ ਬੰਦਿਆਂ ਦੀ ਤਾਂ ਗੱਲ ਛੱਡੋ। ਇਹ ਫਰੀਦ ਦਾ ਸਲੋਕ ਹੈ। ਮੈਂ ਜਾਣਿਆ ਫਰੀਦਾ, ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਬ ਬੱਪੜਾ, ਤਾਂ ਜਨਮ ਨਾ ਭੇੜੀ ਅੰਗ। ਮਨੁੱਖ ਦੇ ਦਰਸ਼ਨ ਕਰੀਏ, ਬੰਦੇ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ, ਕੰਮ ਦੇ ਦਰਸ਼ਨ ਆਉਂਦੇ। ਮਨੁੱਖ ਦੇ ਦਰਸ਼ਨ ਕਰੀਏ, ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ, ਕ੍ਰੋਧ ਦੇ ਦਰਸ਼ਨ ਆਉਂਦੇ, ਲੋਭ ਦੇ ਦਰਸ਼ਨ ਆਉਂਦੇ, ਹੰਕਾਰ ਦੇ ਦਰਸ਼ਨ ਆਉਂਦੇ ਨੇ। ਔਰ ਅਨੰਤ ਜਨਮਾਂ ਤੋਂ ਹੰਕਾਰ ਦੀ ਪਰਤ ਦਰ ਪਰਤ, ਲੋਭ ਦੀ ਪਰਤ ਦਰ ਪਰਤ, ਕ੍ਰੋਧ ਦੀ ਪਰਤ ਦਰ ਪਰਤ ਮਨ ਮੈਲਾ ਹੋ ਗਿਆ। ਕਈ ਜਨਮਾਂ ਦਾ ਮੈਲ ਹੈ, ਅਤੇ ਜਦ ਕਈ ਜਨਮਾਂ ਦਾ ਮੈਲ ਹੈ ਤਾਂ ਮਨ ਤਾਂ ਦਿਖਾਈ ਨਹੀਂ ਦਿੰਦਾ, ਮੈਲ ਹੀ ਮੈਲ ਦਿਖਾਈ ਦਿੰਦੀ, ਵਿਚਾਰਾਂ ਦਾ ਤਾਂ ਕੁਛ ਪਤਾ ਹੀ ਨਹੀਂ ਚੱਲਦਾ, ਕ੍ਰੋਧ ਹੀ ਕ੍ਰੋਧ, ਵਿਚਾਰਾਂ ਦਾ ਤਾਂ ਕੁਛ ਪਤਾ ਹੀ ਨਹੀਂ ਚੱਲਦਾ, ਹੰਕਾਰ ਹੀ ਹੰਕਾਰ। ਸਹੀ ਸੋਚਣੀ ਦਾ ਤਾਂ ਕੁਛ ਪਤਾ ਹੀ ਨਹੀਂ ਚੱਲਦਾ, ਲੋਭ ਹੀ ਲੋਭ। ਅਜੋਕੇ ਸਮੇਂ ਵਿੱਚ ਮਨੁੱਖ ਨੇ ਕੱਪੜਿਆਂ ਨੂੰ ਅਤੇ ਤਨ ਨੂੰ ਸਾਫ਼ ਸੁਥਰਾ ਰੱਖਣ ਦੇ ਅਨੇਕਾਂ ਸਾਧਨ ਜੁਟਾਏ ਨੇ। ਹਰ ਘਰ ਵਿੱਚ ਗੁਸਲਖਾਨਾ ਹੈ, ਤਨ ਨੂੰ ਸਾਫ਼ ਕਰਨਾ, ਵਾਸ਼ਿੰਗ ਪਾਊਡਰ ਨੇ ਕੱਪੜੇ ਸਾਫ਼ ਕਰਨੇ, ਸਾਬਣ ਨੇ ਕੱਪੜੇ ਸਾਫ਼ ਕਰਨੇ,
ਮਹਾਰਾਜ ਕਹਿੰਦੇ ਵੀ ਨੇ, ਭਰੀਏ ਹੱਥ ਪੈਰ ਤਨੂੰ ਦੇ, ਪਾਣੀ ਧੋਤੇ ਉਤਰਸ ਕੇ, ਮੂਤ ਭਲੀ ਤੇ ਕੱਪੜ ਹੋਏ, ਦੇ ਸਾਵਣ ਲਈਏ ਉਹ ਧੋਏ। ਪਰ ਇਹ ਜਿਹੜਾ ਮਨ ਪਾਪਾਂ ਨਾਲ ਮੈਲ ਹੈ, ਮਨ ਦੀ ਮੈਲ ਕੀ ਹੈ? ਪਾਪ। ਤੇ ਪਾਪ ਕਿਸ ਨੂੰ ਕਹਿੰਦੇ ਨੇ? ਸਿਰਫ ਬੁਰਾ ਸੋਚਣਾ ਹੀ ਪਾਪ ਹੈ। ਮੈਂ ਅਕਸਰ ਅਰਜ਼ ਕੀਤਾ ਹੋਇਆ, ਬੁਰਾ ਕਰਨਾ ਅਪਰਾਧ ਹੈ, ਬੁਰਾ ਸੋਚਣਾ ਪਾਪ ਹੈ। ਅਪਰਾਧ ਕਾਨੂੰਨ ਦੀ ਪਕੜ ਵਿੱਚ ਆਉਂਦਾ, ਅਪਰਾਧ ਸਮਾਜ ਦੀ ਪਕੜ ਵਿੱਚ ਆਉਂਦਾ। ਇਸ ਵਾਸਤੇ ਦੁਨੀਆਂ 'ਚ ਇਤਨੇ ਅਪਰਾਧੀ ਨਹੀਂ ਨੇ। ਪਿਛਲੇ ਦਿਨੀ ਮੈਨੂੰ ਭਾਰਤ ਵਿੱਚ ਇੱਕ ਮੈਗਜ਼ੀਨ ਨਿਕਲਦੀ ਹੈ ਦਿਨਮਾਨ, ਉਹਦੇ 'ਚ ਪੜ੍ਹਨ ਨੂੰ ਮਿਲਿਆ ਬਈ ਸਾਰੀ ਦੁਨੀਆਂ ਦੇ 'ਚ ਇਹ ਜਰਾਇਮ ਪੇਸ਼ਾ ਲੋਕ, ਕ੍ਰਿਮੀਨਲ ਮਨੁੱਖ 100 ਦੇ 'ਚ ਇੱਕ ਵੀ ਨਹੀਂ ਹੈ। ਜੇਲ੍ਹਾਂ ਦੇ ਜਿਹੜੇ ਕੈਦੀ ਬੰਦ ਸਨ ਨਾ, ਸਾਰੀ ਦੁਨੀਆਂ ਦੇ ਉਹਨਾਂ ਨੇ ਆਂਕੜੇ ਇਕੱਠੇ ਕੀਤੇ, ਕੰਮ 'ਤੇ ਬੜਾ ਮਿਹਨਤ 'ਤੇ ਉਹਨਾਂ ਨੇ ਬਹੁਤ ਕੀਤੀ। ਸਾਰੀ ਦੁਨੀਆਂ ਦੀ ਜੇਲ੍ਹਾਂ, ਸਾਰੇ ਸੰਸਾਰ ਦੀਆਂ ਜੇਲ੍ਹਾਂ, ਜੋ ਚੋਰ ਬੰਦ ਸਨ, ਜੋ ਟਗੈਤ ਬੰਦ ਸਨ, ਜੋ ਕਾਤਲ ਬੰਦ ਸਨ, ਉਹਨਾਂ ਦੀ ਜਿਹੜੀ ਉਹਨਾਂ ਨੇ ਗਿਣਤੀ ਕੀਤੀ ਅਤੇ ਸਾਰੇ ਸੰਸਾਰ ਦੀ ਗਿਣਤੀ, ਕਹਿੰਦੇ ਨੇ ਤਾਂ 1% ਵੀ ਨਹੀਂ ਹੈ। ਯਾਨੀ 100 ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਾਂ, ਕਿਧਰੇ 1000 ਤੋਂ ਬਾਅਦ ਇੱਕ ਅੱਧ ਮਨੁੱਖ ਅਪਰਾਧੀ ਹੈ। ਬਲਕਿ ਜਿੱਥੇ ਜਿਤਨਾ ਸਖਤ ਕਾਨੂੰਨ ਹੈ ਉੱਥੇ ਚੋਰੀ ਨਹੀਂ ਹੈ। ਮੈਂ ਕੁਵੈਤ ਦੇ 'ਚ ਦੇਖਿਆ, ਇੱਧਰ ਮੁੱਲਾ ਬਾਂਗ ਦਿੰਦਾ, ਸਰਾਫੇ ਦੀਆਂ ਦੁਕਾਨਾਂ, ਮਨੀ ਚੇਂਜਰ ਜਿਹੜੇ ਨੇ, ਹਰ ਦੇਸ਼ ਦੀ ਕਰੰਸੀ ਉਹਨਾਂ ਦੀ ਦੁਕਾਨ 'ਤੇ ਪਈ ਹੈ ਖੁੱਲ੍ਹੀ, ਛੋੜ ਕੇ ਚਲੇ ਜਾਂਦੇ ਨੇ। ਮਜ਼ ਕੋਈ ਚੋਰੀ ਨਹੀਂ ਕਰਦਾ। ਚੋਰ ਨੂੰ ਸਜ਼ਾ ਬੜੀ ਸਖਤ ਹੈ, ਸਾਊਦੀ ਅਰਬ ਦੇ 'ਚ ਹੱਥ ਕੱਟ ਦਿੰਦੇ, ਕੁਵੈਤ ਦੇ 'ਚ ਕੋੜੇ ਮਾਰਦੇ, ਕਾਨੂੰਨ ਬੜਾ ਸਖਤ ਹੈ, ਚੋਰੀ ਨਹੀਂ ਹੈ। ਫਿਰ ਦੁਰਾਚਾਰ ਵੀ ਨਹੀਂ ਹੈ। ਦੁਰਾਚਾਰ ਨੂੰ ਸਾਊਦੀ ਅਰਬ ਦੇ ਸੰਗਸਾਰ ਕਰਦੇ ਨੇ, ਗੋਡਿਆਂ ਤੱਕ ਜ਼ਮੀਨ ਦੇ 'ਚ ਦੱਬ ਕੇ ਚਾਰੋਂ ਪਾਸੇ ਪੱਥਰ ਮਾਰੋ, ਔਰ ਉਨੇ ਚਿਰ ਤੱਕ ਪੱਥਰ ਮਾਰੋ ਜਿੰਨੇ ਚਿਰ ਤੱਕ ਗਿਰ ਨਹੀਂ ਜਾਂਦਾ। ਸਜ਼ਾਵਾਂ ਬੜੀਆਂ ਸਖਤ ਨੇ, ਅਪਰਾਧ ਤੇ ਨਹੀਂ ਹੈ। ਉਹ ਜਿਹੜੇ ਆਂਕੜੇ ਇਕੱਠੇ ਕੀਤੇ ਗਏ ਨੇ, ਠੀਕ ਹੈ ਅਰਬ ਦੇਸ਼ਾਂ 'ਚ ਵੀ ਹਨ ਪਰ ਬਹੁਤ ਥੋੜ੍ਹੇ, ਇਹ ਆਂਕੜੇ 1000 ਤੇ ਬਾਅਦ ਇੱਕ ਵੀ ਨਹੀਂ ਬਣਦਾ ਅਪਰਾਧੀ। ਰਹਿ ਗਈ ਗੱਲ ਪਾਪ ਦੀ, ਮਨ ਦੇ ਤਲ 'ਤੇ ਕੋਈ ਬੁਰਾ ਨਾ ਸੋਚਦਾ ਹੋਵੇ, ਗੁਸਤਾਖੀ ਮਾਫ, ਇਹ ਲੱਖਾਂ 'ਚ ਕੋਈ ਇੱਕ ਅੱਧ ਹੈ, ਇੱਕ ਅੱਧ ਹੈ। ਸੰਸਾਰ ਦੇ 'ਚ ਇਤਨਾ ਅਪਰਾਧ ਨਹੀਂ ਹੈ, ਸੰਸਾਰ ਦੇ 'ਚ ਬਹੁਤਾ ਪਾਪ ਹੈ। ਪਾਪ ਮਨ ਦੀ ਮਹਿਲ ਹੈ, ਪਾਪ ਨਾਲ ਹੀ ਮਨ ਮਹਿਲਾ ਹੁੰਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਬੁਰਾ ਸੋਚਣ ਨਾਲ ਹੀ ਮਨ ਮਹਿਲਾ ਹੁੰਦਾ ਹੈ। ਅਤੇ ਬੁਰਾ ਸੋਚਣਾ ਕੀ ਹੁੰਦਾ? ਮੈਂ ਅਕਸਰ ਅਰਜ਼ ਕਰਦਾ ਹੁੰਦਾ, ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਖੋਣਾ, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਚੋਰੀ, ਔਰ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਦੁਰਾਚਾਰ, ਸਿਰਫ ਸੋਚਣਾ, ਸੋਚਣਾ ਹੀ ਮਨ ਦੀ ਮੈਲ ਹੈ। ਅੱਜ ਤੱਕ ਮਨੁੱਖ ਨੇ ਇਸ ਗੱਲ ਦਾ ਬੜਾ ਮਾਣ ਕੀਤਾ, ਮੈਂ ਬੁਰਾ ਕੀਤਾ ਥੋੜ੍ਹੀ ਹੈ, ਸਿਰਫ ਸੋਚਿਆ ਤਾਂ ਕੀ ਹੋ ਗਿਆ, ਸੋਚਿਆ ਮਨ ਤਾਂ ਮਹਿਲਾ ਹੋ ਗਿਆ।
ਸੋਚਦਿਆਂ ਹੀ ਮਨ ਮਹਿਲਾ ਹੋ ਗਏ। ਔਰ ਬੁਰਾ ਮਨੁੱਖ ਕਈ ਜਨਮਾਂ ਤੋਂ ਸੋਚਦਾ ਰਿਹਾ ਹੋਵੇ ਤਾਂ ਸਿਵਾਏ ਬੁਰੇ ਸੋਚਣ ਤੋਂ ਮਨ ਦੇ ਵਿੱਚ ਹੋਰ ਬਚਦਾ ਕੀ ਹੈ, ਬੁਰੇ ਵਿਚਾਰਾਂ ਤੋਂ ਹੋਰ ਬਚਦਾ ਕੀ ਹੈ। ਪਾਪ ਹੀ ਪਾਪ, ਪਾਪ ਹੀ ਪਾਪ ਮਨ ਦੇ ਵਿੱਚ। ਹੁਣ ਇਹ ਪਾਪੀ ਮਨ, ਇਹ ਮਹਿਲਾ ਮਨ ਜੋ ਕੁਛ ਵੀ ਕਰੇਗਾ, ਮਹਿਲਾ ਮੈਂ ਸਮਾਪਤੀ ਸਥਿਤ ਕਰਾਂ, ਮਨ ਮੈਲੇ ਸਭ ਕਿਛ ਮੈਲਾ, ਗੁਸਤਾਖੀ ਮਾਫ, ਮਨ ਮੈਲਾ ਇਹਦਾ ਦਾਨ ਵੀ ਮੈਲਾ। ਇਹਦੇ ਦਾਨ ਦੇ ਵਿੱਚ ਹੰਕਾਰ ਦੀ ਬਦਬੋ ਹੋਵੇਗੀ। ਮਨ ਮੈਲਾ ਇਹਦਾ ਗਿਆਨ ਵੀ ਮੈਲਾ, ਭਾਵੇਂ ਕਿਤਨਾ ਗਿਆਨੀ ਹੋਵੇ ਇਹਦੇ ਗਿਆਨ ਦੇ ਵਿੱਚ ਵੀ ਹੰਕਾਰ ਦੀ ਬਦਬੋ ਹੋਵੇਗੀ। ਮਨ ਮੈਲਾ ਇਹਦੀ ਸੇਵਾ ਵੀ ਮੈਲੀਏ, ਇਹਦੀ ਸੇਵਾ ਦੇ ਵਿੱਚ ਵੀ ਹੰਕਾਰ ਦੀ ਬਦਬੋ ਹੋਵੇਗੀ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛ।